ਤਾਗੜ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦੀਆਂ ਤਸਵੀਰਾਂ ਅਤੇ ਉਹਨਾਂ ਦੀਆਂ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਖਾਸ ਤੌਰ ਤੇ ਉਹਨਾਂ ਦੇ ਵੱਲੋਂ ਜਦੋਂ ਲਾਈਵ ਹੋ ਕੇ ਆਪਣੇ ਦਿਲ ਦੇ ਜਜ਼ਬਾਤ ਅਤੇ ਆਪਣੇ ਦਿਲ ਦੇ ਗੁਬਾਰ ਆਪਣੇ ਚਾਹਣ ਵਾਲਿਆਂ ਦੇ ਨਾਲ ਸਾਂਝੇ ਕੀਤੇ ਜਾਂਦੇ ਰਹੇ ਨੇ ਅਤੇ ਇਸੇ ਦਰਮਿਆਨ ਇੱਕ ਵਿਵਾਦ ਹੋਇਆ ਸੀ ਸਿੱਧੂ ਮੂਸੇਵਾਲੇ ਦੇ ਨਾਲ ਅਤੇ ਉਸ ਵਿਵਾਦ ਦੇ ਬਾਰੇ ਵਿੱਚ ਲੋਕਾਂ ਦੇ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਬਹੁਤ ਜ਼ਿਆਦਾ ਹੜਕੰਪ ਮਚਾ ਦਿੱਤਾ ਗਿਆ ਸੀ ਅਤੇ ਇਸ ਹੜਕੰਪ ਨੂੰ ਸੁਣਨ ਤੋਂ ਬਾਅਦ ਬਾਹਰ ਵਿਦੇਸ਼ ਦੇ ਵਿੱਚ ਬੈਠੇ ਸਿੱਧੂ ਮੂਸੇਵਾਲਾ ਨੇ ਆਪਣੀ ਅਰਜ਼ੋਈ ਕਰਦਿਆਂ ਲਾਈਵ ਹੋ ਕੇ ਕੁਝ ਅਲਫਾਜ਼ ਕਹੇ ਸੀ ਜੋ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੇ ਨੇ। उन्होंने की कहा सी जरा तुसी भी सुनो। मैं गाउना मेरे माँ प्यो अनपढ़ माँ प्यो है मेरे, ठीक है ना, ठीक है तो सारा कुछ उन्होंने तो विचारों का कोई कोई लेना देना ही नहीं, ठीक है ना, नाले जेडे समझाना है भाई असी तेरी माँ नू समझाना यार उन्हू की समझाना मैनू मैं बैठा जो मैं माफी मांग रहा सारा कुछ, ठीक है ना मेरा वीर तुसी मेरी माँ हाथ जड़वा के जो थोनू यह लगता भी तुसी भाई बहुत वड्डे तीर मारता भाई तो यह तो कोई सारी सिचुएशन सही नहीं ना हुई भाई, मैं तो हाथ बन के थोड़े सामने आप पहला खड़ा भी भाई मेरी गलती है जी मैंने जो तुम लाना मैं हाथ बन के थोड़े सामने खड़ा जो कहूंगे जी मैं थोड़े नाल हाँ मैं सिख कौम तो सिख पंथ तो ते मैं सारे सिख जगत तो बाहर नहीं है जी, ठीक है ना, पर जे कोई यार तुसी किसी की धौन फड़ के उन्होंने मिट्टी च दबण के तले हुए हो तो यह तो कोई तरीका नहीं ना होया जी, ठीक है ना जी, मैं अज भी कहना आ जो मेरा सिर है, ठीक है ना, आ सिर ते पग बन्नी हुई है, ठीक है ना, ते मेरे मन दे विच जो मेरे मन दे विच ज़मीर है अज भी कहना ते मैं इन्नी हिम्मत रखदा मैनू जिथे कहोंगे जी मैं गलत हो गया जी मेरे तो वाह माफी हो गया, पर मैं माफी भी मांग ली बई मैनू तुसी माड़ा भला भी बोलिया कोई गल नहीं, चलो मैं थोड़ा छोटा बोलता कोई चक्कर वाली गल नहीं, ठीक है जी, वह तो बाद जी तुसी मेरे ते परचा दर्ज भी करवाउण चल गए कोई गल नहीं जी, चलो जी मेरी गलती तुसी परचा दर्ज भी करवाता, ठीक है जी, वह तो बाद जी तुसी साढ़े घरे भी चल गए है ना जी, बाहर चल गए 40 बंदे लेके चल गए जी, मैं सिद्धू नूं असीं सेवा करांगे सिद्धू दी ओह करांगे, देखो जी मैं माफी भी मंग ली यार, ठीक है, तुसीं मेरे ते परचा भी दर्ज करवाता जो करवाउणा सी, ठीक है जी, उस तों बाद तुसीं मेरे घर मूहरे भी चल गए उत्थे भी बुरा भला बोल लिया, ठीक है जी, उस तों बाद यार तुसीं मेरी माँ तों भी हत्थ बनवा ले, ठीक है, उस तों बाद तुसीं मेरे प्यो तों भी हत्थ बनवा ले, दोनों दे हत्थ जड़वाते, ठीक है जी, है ना, उस तों बाद भाई अज मेरा शो सी तुसीं ओह भी कैंसल करवा लिया भाई ਉਹ ਵੀ ਮੰਨ ਲਿਆ, ਉਹ ਤੋਂ ਬਾਅਦ ਬਾਈ ਤੁਸੀਂ ਮੇਰੇ ਕਿੱਤੇ ਨੂੰ ਵੀ ਮਾੜਾ ਚੰਗਾ ਕਹਿਤਾ ਉਹ ਵੀ ਮੈਂ ਮੰਨ ਲਈ ਬਾਈ ਗੱਲ, ਠੀਕ ਹੈ ਨਾ ਜੀ, ਠੀਕ ਹੈ, ਉਹ ਤੋਂ ਬਾਅਦ ਤੁਸੀਂ ਸਾਰੀਆਂ ਚੀਜ਼ਾਂ ਕਰ ਕਰਾ ਕੇ ਹੈ ਨਾ ਤੁਸੀਂ ਕਹਿਤਾ ਵੀ ਜੀ ਇੱਦਾਂ ਕਰਕੇ ਵੀ ਸਿੱਧੂ ਨੂੰ ਫਲਾਨਾ ਧਮਕਾ ਜੇ ਵੋ ਮੈਨੂੰ ਕੋਈ ਚੱਕਰ ਨਹੀਂ ਜੀ, ਪਰ ਮੈਨੂੰ ਇੱਕ ਗੱਲ ਦੱਸ ਦਿਓ ਬਾਈ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਗੱਲ ਪੁੱਛਦਾ ਵੀ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਕੇ ਤੁਸੀਂ ਮੈਨੂੰ ਇੱਕ ਮੈਨੂੰ ਮੇਰੇ ਵਾਹਿਗੁਰੂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਜਾਂ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਬਸ ਮੈਂ ਇੰਨਾ ਕੁ ਸਵਾਲ ਦਾ ਜਵਾਬ ਮੰਗਦਾ ਵੀ ਤੁਸੀਂ ਮੈਨੂੰ ਜੋੜਿਆ ਜਾਂ ਤੋੜਿਆ, ਠੀਕ ਹੈ ਨਾ ਜੀ, ਤੁਸੀਂ ਕਿੱਤਾ ਤੁਸੀਂ ਮੇਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਵੀ ਮੈਂ ਇਹਨੂੰ ਗਾਲਾਂ ਇਹ ਕਰਦੀ ਅਸੀਂ ਵੋ ਕਰਦੀ ਜੇ ਕਰਦੀ ਧਮਕਾ ਹੈ ਨਾ, ਸ਼ੋਅ ਵੀ ਅੱਜ ਬਾਈ ਤੁਸੀਂ ਯਕੀਨ ਨਹੀਂ ਕਰਨਾ ਜਿੱਥੇ ਮੇਰਾ ਸ਼ੋਅ ਸੀ ਘੱਟੋ ਘੱਟ 250 ਗੱਡੀ ਇਸ ਵੇਲੇ ਉੱਥੇ ਖੜੀ ਹੈ, ਠੀਕ ਹੈ ਨਾ, ਅਤੇ ਮੈਂ ਉਹਨਾਂ ਲੋਕਾਂ ਨੂੰ ਮਿਲਣ ਆਇਆ ਸੀ ਯਾਰ, ਹੈ ਨਾ ਮੇਰੀ ਉਹ ਰੂਟੀਨ ਹੈ ਮੈਂ ਉਹਨਾਂ ਨੂੰ ਮਿਲਣ ਆਇਆ ਸੀ, ਠੀਕ ਹੈ ਨਾ, ਅਤੇ ਉਹ ਬੰਦੇ ਯਾਰ ਅੱਜ ਕੋਈ ਕਿੱਥੋਂ 8-8 ਘੰਟੇ ਦੀ ਡਰਾਈਵ ਕੋਈ ਕਿੱਥੋਂ ਕੋਈ ਫਰਾਂਸ ਤੋਂ ਆਇਆ ਕੋਈ ਯੂਕੇ ਤੋਂ ਆਇਆ ਕੋਈ ਕਿੱਥੋਂ ਆਇਆ ਹੈ ਨਾ, ਉਹ ਬੰਦੇ ਉੱਥੇ ਰੋਕ ਕੇ ਗਏ ਆ ਯਾਰ, ਹੈ ਨਾ, ਤਾਂ ਮੈਨੂੰ ਇਹ ਦੱਸੋ ਤੁਸੀਂ ਇੱਕ ਬੰਦਾ ਆਪਣੇ ਆਪ ਨੂੰ ਛੋਟਾ ਕਰਕੇ ਹੈ ਨਾ ਮੈਂ ਮਾਫੀ ਮੰਗ ਸਾਰਾ ਕੁਛ ਮੰਗ ਲਿਆ ਯਾਰ, ਇਹ ਮੈਨੂੰ ਇਹ ਦੱਸੋ ਕਿੱਥੋਂ ਦਾ ਅਸੂਲ ਹੈ ਵੀ ਤੁਸੀਂ ਉਹਦੇ ਮਾਪਿਆਂ ਨੂੰ ਵੀ ਗਾਲਾਂ ਕੱਢ ਕੇ ਦੇਖ ਲਈਆਂ ਛੋਟਾ ਕਰਤਾ ਸਾਰਾ ਕੁਛ ਕਰਤਾ ਹੈ ਨਾ ਵੀ ਸਾਰਾ ਕੁਛ ਕਰ ਲਿਆ ਵੀ ਇਹ ਦੱਸੋ ਕਿੱਥੋਂ ਦਾ ਅਸੂਲ ਹੈ ਯਾਰ, ਕਿਹੜਾ ਧਰਮ ਹੈ ਯਾਰ ਵੀ ਜਿਹੜਾ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ ਵੀ ਕਿਸੇ ਨੂੰ ਤੁਸੀਂ ਇੰਨਾ ਕੁਛ ਮਾੜਾ ਚੰਗਾ ਕਹਿ ਦੋ ਯਾਰ, ਮੈਂ ਤਾਂ ਮੈਂ ਅੱਜ ਵੀ ਕਹਿ ਰਿਹਾ ਮੈਂ ਕੱਲ ਨੂੰ ਵੀ ਕਹੂੰ ਮੈਂ ਪਰਸੋਂ ਵੀ ਕਹੂੰ ਵੀ ਮੇਰੀ ਗਲ ਤੁਸੀਂ ਕਹਿੰਦੇ ਮੇਰੀ ਗਲਤੀ ਹੈ ਮੈਂ ਮੰਨਦਾ ਮੇਰੀ ਗਲਤੀ ਹੈ, ਮੈਂ ਇਸ ਚੀਜ਼ ਤੇ ਜਮੀ ਦੋ ਰਾਏ ਮੈਂ ਬਹਿਸਦਾ ਹੀ ਨਹੀਂ ਇਸ ਚੀਜ਼ ਤੇ, ਮੈਨੂੰ ਕੱਲ ਨੂੰ ਕਹੋਗੇ ਮੈਂ ਕੱਲ ਨੂੰ ਮਾਫੀ ਮੰਗ ਲੂੰ, ਠੀਕ ਹੈ ਨਾ, ਅੱਜ ਕਹਿੰਦੇ ਹੋ ਅੱਜ ਮੰਗ ਲੂੰ, ਮੈਨੂੰ ਜਿੰਨੇ ਵਾਰੀ ਕਹੋਗੇ ਮੈਂ ਮਾਫੀ ਮੰਗਣ ਲਈ ਤਿਆਰ ਹਾਂ, ਪਰ ਜੋ ਤੁਸੀਂ ਕੀਤਾ ਤੁਹਾਡੀ ਤੁਸੀਂ ਕੀ ਮਾਫੀ ਮੰਗ ਰਹੇ ਹੋ ਇਸ ਚੀਜ਼ ਲਈ, ਠੀਕ ਹੈ ਨਾ ਜੀ, ਤੁਸੀਂ ਮੈਨੂੰ ਵੀ ਮਾੜਾ ਚੰਗਾ ਕਹਿ ਲਿਆ ਤੁਸੀਂ ਸਾਰਾ ਕੁਛ ਕਰ ਲਿਆ, ਤੁਸੀਂ ਅੱਜ 150 ਗੱਡੀ ਆਈ ਸੀਗੀ ਜੀ ਉੱਥੇ 150-250 ਗੱਡੀ ਆਈ ਸੀ ਤੇ ਤੁਸੀਂ ਉਹਨਾਂ ਦਾ ਮੈਨੂੰ ਦੱਸੋ ਵੀ ਉਹਨਾਂ ਦਾ ਕੀ ਕਸੂਰ ਸੀ ਯਾਰ, ਮੈਂ ਕਿਸੇ ਨੂੰ ਕੁਛ ਮੈਂ ਮਾੜਾ ਚੰਗਾ ਕਿਸੇ ਨੂੰ ਕੁਛ ਨਹੀਂ ਕਹਿ ਰਿਹਾ ਨਾ ਮੈਂ ਕਿਸੇ ਨੂੰ ਭੜਕਾ ਰਿਹਾ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।